ਲੁਧਿਆਣਾ ਪੁਲਿਸ ਨੇ ਇੱਕ ਅਜਿਹੇ ਠੱਗ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਸ ਨੇ ਹੈਰਾਨੀਜਨਕ ਤਰੀਕੇ ਦੇ ਨਾਲ ਇੱਕ ਉਦਯੋਗਪਤੀ ਔਰਤ ਦੇ ਖਾਤੇ ਵਿੱਚੋਂ 4.5 ਲੱਖ ਰੁਪਏ ਕਢਵਾ ਲਏ। ਚੌਕਸ ਔਰਤ ਦੀ ਬਦੌਲਤ ਬੈਂਕ ਮੁਲਾਜ਼ਮਾਂ ਨੇ ਉਸ ਨੂੰ ਮੌਕੇ ਤੇ ਹੀ ਧਰ ਦਬੋਚਿਆ। ਨਵਾਂ ਦੌਰ, ਨਵੀਆਂ ਤਕਨੀਕਾਂ ਅਤੇ ਨਵੇਂ ਕਿਸਮ ਦੇ ਬੇਖੌਫ ਠੱਗ। ਜੀ ਹਾਂ, ਨਵੇਂ ਦੌਰ ਵਿੱਚ ਨਵੀਆਂ ਤਕਨੀਕਾਂ ਦਾ ਸਹਾਰਾ ਲੈ ਕੇ ਜਿੱਥੇ ਪੂਰਾ ਸਮਾਜ ਵਿਕਾਸ ਦੀ ਰਾਹ ਵੱਲ ਵੱਧ ਰਿਹਾ ਹੈ, ਉੱਥੇ ਹੀ ਠੱਗਾਂ ਨੇ ਵੀ ਬਦਲਦੀਆਂ ਤਕਨੀਕਾਂ ਨਾਲ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਠੱਗੀ ਦੇ ਨਵੇਂ ਰਾਹ ਲੱਭ ਲਏ ਨੇ। ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਲੁਧਿਆਣਾ ਵਿੱਚ, ਜਿੱਥੇ ਸ਼ਾਤਰ ਠੱਗ ਨੇ ਇੱਕ ਉਦਯੋਗਪਤੀ ਔਰਤ ਦੇ ਖਾਤੇ ਵਿੱਚੋਂ 4.5 ਲੱਖ ਦੀ ਨਕਦੀ ਨਕਲੀ ਦਸਤਖਤ ਕਰਕੇ ਕਢਵਾ ਲਈ। ਕੱਲ੍ਹ ਮੇਰੇ ਕੋਲ ਫੋਨ ਪਰ ਮੈਸੇਜ ਆਇਆ कि आपकी इतनी राशि हमने बैंक से इशू कर दी है, तो मैंने बैंक वालों को बताया कि मैंने तो कोई चेक ऐसा साइन नहीं किया है। तो उन्होंने फिर मेरे को दोबारा मैसेज किया कि जब मैंने उनको बताया तो उन्होंने उस आदमी को पकड़ लिया। दरअसल यश नाम का यह ठग अमृतसर का रहने वाला है, जिसने बड़ी ही चलाकी नाल लुधियाना के घंटा घर स्थित विजया बैंक का दौरा किया ਅਤੇ ਬੈਂਕ ਅੰਦਰ ਪਏ ਡੱਬੇ ਵਿੱਚੋਂ ਇੱਕ ਉਦਯੋਗਪਤੀ ਔਰਤ ਦਾ ਚੈੱਕ ਚੁੱਕ ਲਿਆ। ਇਹ ਠੱਗ ਕਈ ਦਿਨਾਂ ਤੱਕ ਸੁਨੀਲਾ ਜੈਨ ਦੇ ਹਸਤਾਖਰ ਕਾਪੀ ਕਰਨ ਵਿੱਚ ਲੱਗਿਆ ਰਿਹਾ ਅਤੇ ਇੱਕ ਦਿਨ ਨਕਲੀ ਹਸਤਾਖਰਾਂ ਦੀ ਬਦੌਲਤ ਸੁਨੀਲਾ ਜੈਨ ਦੇ ਖਾਤੇ ਵਿੱਚੋਂ ਨਵੀਂ ਚੈੱਕਬੁੱਕ ਜਾਰੀ ਕਰਵਾਉਣ ਵਿੱਚ ਕਾਮਯਾਬ ਹੋ ਗਿਆ। ਚੈੱਕਬੁੱਕ ਕਢਵਾਉਣ ਦੇ ਬਾਅਦ ਯਸ਼ ਦੇ ਹੌਸਲੇ ਵੱਧ ਗਏ ਅਤੇ ਉਸਨੇ ਅਸਲੀ ਚੈੱਕਬੁੱਕ ਉੱਤੇ ਨਕਲੀ ਹਸਤਾਖਰ ਕਰਕੇ ਸੁਨੀਲਾ ਜੈਨ ਦੇ ਖਾਤੇ ਵਿੱਚੋਂ 4.5 ਲੱਖ ਰੁਪਏ ਕਢਵਾ ਲਏ। ਪਰ ਸੁਨੀਲਾ ਜੈਨ ਨੂੰ SMS ਅਲਰਟ ਨਾਂ ਦੀ ਸੇਵਾ ਨੇ ਬਚਾ ਲਿਆ, ਜਿਸ ਤਹਿਤ ਸੁਨੀਲਾ ਨੂੰ ਉਸ ਵੇਲੇ ਮੋਬਾਈਲ 'ਤੇ ਮੈਸੇਜ ਆ ਗਿਆ ਅਤੇ ਉਸਨੇ ਸਿੱਧਾ ਬੈਂਕ ਦੇ ਮੈਨੇਜਰ ਨੂੰ ਫੋਨ 'ਤੇ ਇਸ ਦੀ ਸੂਚਨਾ ਦੇ ਦਿੱਤੀ। ਯਸ਼ਪਾਲ ਹਾਲੇ ਬੈਂਕ ਦੀਆਂ ਪੌੜੀਆਂ ਤੱਕ ਹੀ ਪਹੁੰਚਿਆ ਸੀ ਕਿ ਬੈਂਕ ਮੁਲਾਜ਼ਮਾਂ ਨੇ ਉਸ ਨੂੰ ਧਰ ਦਬੋਚਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਇਹ ਬੰਦਾ ਨੇ ਕੱਲ੍ਹ ਬੈਂਕ ਮੇ ਚੈੱਕ ਦੇ ਦਿਆ ਪੈਸਾ ਵਿਦਡਰਾ ਲੈਣ ਕੇ ਲਈ 4.5 ਲੱਖ ਕਾ, ਫਿਰ ਪੈਸਾ ਵੀ ਲੈ ਲਿਆ। ਉਹ ਉਸੀ ਟਾਈਮ ਕਾ ਅਕਾਊਂਟ ਹੋਲਡਰ ਕੇ ਬੈਂਕ ਸੇ ਮੈਸੇਜ ਅਲਰਟ ਸਿਸਟਮ SMS ਜਾਣਤੇ ਹੈ, SMS ਚਲੇ। ਉਹ ਫਿਰ ਉਹਨਾਂ ਨੇ ਕਿਹਾ ਕਿ ਸਿੱਧਾ ਬੈਂਕ ਮੇ ਨੋਟਿਸ ਨਾਲਜ ਮੇ ਲਿਆ, ਮੈਨੇ ਪੈਸਾ ਨਹੀਂ ਲਿਆ, ਕਿਸੀ ਕੇ ਮੈਨੇ ਚੈੱਕ ਨਹੀਂ ਦਿਆ। ਫਿਰ ਬੈਂਕ ਨੇ ਅਲਰਟ ਕਰਕੇ ਫਿਰ ਹਮਕਾ ਬੁਲਾਇਆ, ਫਿਰ ਹਮਨੇ ਬੰਦਾ ਕੇ ਵੇਰੀਫਾਈ ਕਰਕੇ ਹਮਾਰਾ ਕਸਟਡੀ ਮੇ ਲਿਆ, ਉਨਕੇ ਖਿਲਾਫ਼ ਹਮਨੇ ਪਰਚਾ ਦਰਜ ਕੀਆ। ਪੁਲਿਸ ਮੁਤਾਬਿਕ ਯਸ਼ ਪਹਿਲਾਂ ਵੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਠੱਗੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਕਾਬਲੇ ਗੌਰ ਹੈ ਕਿ ਬਦਲਦੇ ਦੌਰ ਵਿੱਚ ਠੱਗਾਂ ਨੇ ਵੀ ਆਪਣੇ ਆਪ ਨੂੰ ਉਸੇ ਤਰ੍ਹਾਂ ਹੀ ਢਾਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਬੜੀ ਹੀ ਚਲਾਕੀ ਨਾਲ ਅਜਿਹੀਆਂ ਠੱਗੀਆਂ ਨੂੰ ਅੰਜਾਮ ਦੇ ਰਹੇ ਨੇ। ਪਰ ਸੁਨੀਲਾ ਜੈਨ ਵਰਗੀਆਂ ਸਤਰਕ ਔਰਤਾਂ ਦੀ ਬਦੌਲਤ ਇਹਨਾਂ ਠੱਗਾਂ 'ਤੇ ਨੱਥ ਪਾਉਣ ਵਿੱਚ ਮਦਦ ਜ਼ਰੂਰ ਮਿਲਦੀ ਹੈ। ਲੁਧਿਆਣਾ ਤੋਂ ਗੌਰਵ ਵਾਲੀਆ ਦੇ ਨਾਲ ਸੁਪ੍ਰੀਤ ਸਿੰਘ ਕਾਲੋਂ, DN Night ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।